ਜੀ ਹੋ ਜਾਓ ਸਟਾਰਟ। ਹਾਂਜੀ ਲਓ ਜ਼ੋਰ। ਸ਼ੇਰ ਲੱਗੇ ਚੱਲ ਵੇ ਖਿੱਚ ਰੱਖ। ਅਸਲਾਮੁਅਲੈਕੁਮ ਦੋਸਤੋ, ਉਮੀਦ ਕਰਦਾ ਤੁਸੀਂ ਬਿਲਕੁਲ ਠੀਕ ਠਾਕ ਖੈਰ ਆਫਤ ਨਾਲ ਹੋਵੋਗੇ। ਦੋਸਤੋ ਅੱਜ ਅਸੀਂ ਇੱਕ ਹੋਰ ਬਲੌਗ ਹੋਰ ਵੀਡੀਓ ਤੁਹਾਨੂੰ ਨਾਲ ਆਏ ਹਾਂ। ਆਹ ਦੇਖੋ ਇਸ ਟਾਈਮ ਟਰਾਲੀ ਲੋਡ ਕਰ ਲਈ ਹੈ, 300 ਫੁੱਟ ਦਾ ਟਰੈਕਟਰ ਹੈ, ਪਿੱਛੇ 18 ਫੁੱਟ ਦੀ ਟਰਾਲੀ ਹੈ, ਗੰਨਾ ਲੋਡ ਕਰ ਲਿਆ ਤਕਰੀਬਨ 650 ਮਣੇ ਗੰਨਾ ਹੈ। ਹੁਣ ਇਸ ਟਾਈਮ ਇਹਨੂੰ ਵੱਢ ਚੁੱਕ ਕੱਢਣਾ ਬਾਹਰ, ਤਾਰਾਂ ਮਾਰ ਰਹੇ, ਤਾਰਾਂ ਕੱਸਦੇ ਪਏ ਆ। ਚਲੋ ਆਓ ਚੱਲਦੇ ਹੁਣ ਆਪਣੀ ਬਾਕੀ ਅਗਲੀ ਵੀਡੀਓ ਦੀ ਤਰਫ। ਇਸ ਟਾਈਮ ਮੈਂ ਬੱਚਾ ਤਾਰਾਂ ਕੱਸਦਿਆ ਵਾ, ਤਾਰਾਂ ਕੱਸਣ ਦਾ ਅਮਲ ਇਹਨੂੰ ਜਾਰੀ ਹੋ ਗਿਆ। ਤਾਰਾਂ ਕੱਸੀਆਂ ਜਾ ਰਹੀਆਂ ਰਾਡ ਦੇ ਨਾਲ। ਹਾਂ ਹਾਂ ਲਮਕ ਵਜ ਨਾਲ ਲਮਕ ਵਜ ਨਾਲ ਲਾਜ਼ ਹੋ ਰਹੀ ਹੈ ਤਾਂ ਬੱਚਾ ਕੱਸਣ ਡਿਆ ਤਾਰਾਂ। ਐਸੇ ਨੂੰ ਕਹਿੰਦਾ ਜੀ ਮੈਂ ਜ਼ੋਰ ਲਾਉਂਦਾ ਸੀਗਾ, ਚੱਲ ਜੀ ਲਾ ਫਿਰ ਜ਼ੋਰ। ਇਹ ਚੜ ਹਾਂ ਚੜ ਹੁਣ ਹੁਣ ਚੜ ਵਾਣੀ ਉੱਤੇ। ਹਾਂ ਦੇਖੋ ਇਸ ਟਾਈਮ ਆਹਦੇ ਸਾਈਡਾਂ 'ਤੇ ਖੋਰੀ ਹੈ, ਖੋਰੀ ਖੋਰੀ ਲਾ ਰਹੇ, ਕਿਉਂਕਿ ਅਗਰ ਖੋਰੀ ਰਹਿ ਜਾਵੇ ਤਾਂ ਕਟੋਤੀ ਲਾ ਦਿੰਦੇ ਆ ਮਿਲ ਵਾਲੇ, ਉਹ ਲਾ ਰਹੇ ਆ। ਖੋਰੀ ਖੋਰੀ ਸਾਫ਼ ਹੋ ਰਹੀ ਹੈ ਸਾਰਾ ਕੁਛ। ਟਰੈਕਟਰ 'ਤੇ ਇਸ ਟਾਈਮ ਕੰਡੀਸ਼ਨ ਦੇਖ ਲਓ, 375 2007-08 ਦਾ ਮਾਡਲ ਹੈ ਜੀ ਇਹ। ਟਾਇਰਾਂ ਦੀ ਵੀ ਤੁਸੀਂ ਇਸ ਟਾਈਮ ਕੰਡੀਸ਼ਨ ਦੇਖ ਸਕਦੇ ਹੋ। ਟਰੈਕਟਰ ਦੇਖੋ, ਲੱਤ ਤੁਸੀਂ ਇਹਨੂੰ ਦੇਖਦੇ ਪਏ ਹੋਣੇ, ਸਿੱਧਾ ਗੰਨਾ ਵਾ, ਜਿਹਨੂੰ ਕਿਵੇਂ ਨਾ ਕਹਿੰਦੇ ਸਰੀਆ ਗੰਨਾ ਉਹ ਕਹਿੰਦੇ ਆ, ਇਹ ਜੇ ਛੇਲਦੇ ਕਹਿੰਦੇ ਸਰੀਆ ਗੰਨਾ, ਬਿਲਕੁਲ ਤਕਰੀਬਨ 650 ਮਣ ਤਾਂ ਪੱਕਾ ਗੰਨਾ ਵਾ ਇਹਦੇ ਉੱਤੇ ਜਿਹੜਾ ਲੱਦਿਆ ਹੋਇਆ ਇਸ ਟਾਈਮ, ਆਪ ਤੁਸੀਂ ਦੇਖ ਸਕਦੇ ਹਨ ਵਜ਼ਨ ਗੰਨੇ ਦਾ। ਮਾਸ਼ਾਅੱਲਾ ਵਜ਼ਨ ਠੀਕ ਆ, ਕਾਫੀ ਜ਼ਿਆਦਾ ਵਜ਼ਨ ਆ, ਅਤੇ ਤਕਰੀਬਨ 650 ਮਣ ਦਾ ਹੈ ਇਹਦੇ 'ਤੇ ਲੋਡ ਕੀਤੀ ਹੋਈ ਇਸ ਟਾਈਮ ਜੀ। ਉਸਤਾਦ ਸਾਹਿਬ ਜੀ ਸਲਾਹ ਮਾਰ ਕੇ ਅਤੇ ਰੇਸ ਖਿੱਚ ਕੇ ਬੈਠ ਕੇ ਟਰੈਕਟਰ ਦੇ ਉੱਤੇ ਹੁਣ ਸਟਾਰਟ ਕਰਕੇ ਹੁਣ ਕੱਢਣ ਲੱਗੇ ਜੀ ਵੜ 'ਚੋਂ ਬਾਹਰ। ਚਲੋ ਜੀ ਉਸਤਾਦ ਜੀ ਹੋ ਜਾਓ ਸਟਾਰਟ। ਹਾਂਜੀ ਲਓ ਜ਼ੋਰ। ਜੀ ਸ਼ੇਰ ਲੱਗੇ ਚੱਲ ਵੇ ਖਿੱਚ ਰੱਖ। ਦੇਖੋ ਜੀ ਅਗਲੇ ਵੀਰ ਤਾਂ ਮੈਨੂੰ ਲੱਗਦਾ ਥੱਲੇ ਲੱਗਣ ਹੀ ਨਹੀਂ ਡੇ ਬਿਲਕੁਲ ਇਸ ਟਾਈਮ, ਅਤੇ ਉਹ ਥੋੜ੍ਹਾ ਜਿਹਾ ਵੱਢ ਵੀ ਗਿੱਲਾ ਵਾ ਇਸ ਟਾਈਮ, ਤਾਂ ਰੇਸ ਕੇਸ ਖਿੱਚ ਕੇ ਰੱਖੀ ਆ ਉਸਤਾਦ ਨੇ ਕੋਲ। ਜਿਵੇਂ ਉਸਤਾਦ ਜੀ ਕੱਟ ਮੋੜ, ਸਹੀ ਕੱਟੋ ਮੋੜ। ਇੱਥੋਂ ਨੂੰ ਰਸਤਾ ਵਾ ਉਹ ਤੇ ਸਾਰਾ ਪੱਕ ਆ ਜਾਂਦਾ, ਆਹ ਇੱਥੇ ਨੂੰ ਜਿਹੜਾ ਰਸਤਾ ਮੁਸ਼ਕਲ ਆ ਥੋੜਾ ਜਿਹਾ। ਹੁਣ ਇੱਥੋਂ ਮੋੜ ਕੱਟਣੇ, ਮੋੜ ਕੱਟਣੀ ਹੈ ਇਹਨੂੰ, ਥੋੜ੍ਹਾ ਜਿਹਾ ਚਲੋ ਚਲੋ ਕੱਟੀਆ ਕੱਟੀਆ ਉਸ ਕੱਟੀਆ ਕੱਟੀਆ ਕੱਟ ਹੋ ਗਿਆ, ਹੋ ਗਿਆ ਹੋ ਗਿਆ, ਕੱਟਿਆ ਗਿਆ ਮੋੜ। ਇਹ ਚਲੋ ਵੇ ਕੱਟਿਆ ਗਿਆ ਮੋੜ। ਪਿੱਛੋਂ ਵੜ 'ਚ ਤਕਰੀਬਨ ਕੱਢ ਲਏ ਹਾਂ, ਇੱਥੇ ਆ ਗਏ ਹੁਣ ਸੜਕ 'ਤੇ, ਆ ਕੱਚੀ ਸੜਕ ਸੜਕ ਸ਼ੁਰੂ ਹੋ ਜਾਂਦੀ ਆ, ਪਿੱਛੋਂ ਵੜ 'ਚੋਂ ਮੋੜ ਕੱਢ ਕੇ ਨੇ ਸਿੱਧਾ ਸੜਕ 'ਤੇ ਹੋ ਜਾਣਾ ਵਾ। ਮਤਲਬ ਇਸ ਤਰ੍ਹਾਂ ਜੀ ਹੋ ਜਾਓ ਸਿੱਧਾ ਹੁਣ ਕੱਟੀ ਗਈ ਮੋੜ ਆ ਜੀ।
निकल आई जी वड़ चू बाहर ट्राली देखो जा रही है हूँ बस ये सीधी हो गई है मिल न रवाना इन्हें जाना हूँ जाके मिल तो ही रुकेगी जी हाँ दोस्तों मैं उम्मीद करना साडा अज का ब्लॉग अज की वीडियो थोड़ा अच्छी लगी होगी इदा दार होर मजीद ब्लॉग देख लिये साड़ी वीडियो देख लिये साडे चैनल पीन पंजाब नूं सबसक्राइब कर लो नाल जिहड़ा बैल आइकन दा बटन आ उहनूं वी प्रेस कर लीजिए नाले दोस्तों सानू कमेंट्स बॉक्स में जरूर दस्सो कि साडी वीडियो थोड़ा किदां दी लगी असीं आपदी वीडियो नूं ज़्यादा तो ज़्यादा बेहतर किवें कर सकते हैं असीं यानी कि किवें वीडियो बनाईए तो सानू ज़्यादा तो ज़्यादा बेहतर वीडियो बने तो अगली वीडियो तक तुहानूं दिओ हुण इजाजत ओके अल्लाह हाफिज़।